ਅਗਲੀ ਗੱਲ ਕਰੀਏ ਹਰਜੋਤ ਸਿੰਘ ਜੀ ਵੱਡੀ ਖਬਰੇ ਆ ਰਹੀ ਆ ਕੈਲੀਫੋਰਨੀਆ ਦੇ ਨਾਲ ਦਰਜਨਾਂ ਹੀ ਹੋਰ ਸਟੇਟਸ ਨੇ ਮਿਲ ਕੇ ਮੈਟਾ ਜਿਹੜੀ ਫੇਸਬੁੱਕ ਦੀ ਪੇਰੈਂਟ ਕੰਪਨੀ ਆ ਇੰਸਟਾਗ੍ਰam ਦੀ ਪੇਰੈਂਟ ਕੰਪਨੀ ਆ ਉਹਨਾਂ ਨੂੰ ਸੂਹ ਕਰ ਦਿੱਤਾ ਆ ਇਹ ਨਵੀਂ ਚੀਜ਼ ਨਹੀਂ ਆ ਵੀ ਮੈਟਾ ਨੂੰ ਸੂਹ ਹੋਇਆ ਆ ਪਰ ਇਸ ਵਾਰ ਇਹਨਾਂ ਉੱਤੇ ਇਹ ਜਿਹੜੇ ਸੂਹ ਕਰਨ ਦਾ ਕਾਰਨ ਇਹ ਆ ਇਹ ਮੰਦੀਆਂ ਨੇ ਇਹ ਸੂਬੇ ਮੰਨਦੇ ਨੇ ਵੀ ਭਾਈ ਇਹਨਾਂ ਦੇ ਕਰਕੇ ਇੰਸਟਾਗ੍ਰਾਮ ਤੇ ਫੇਸਬੁੱਕ ਦੇ ਕਰਕੇ ਬੱਚਿਆਂ ਦੀ ਜਿਹੜੀ ਮੈਂਟਲ ਹੈਲਥ ਆ ਉਸ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚ ਰਿਹਾ ਹੈਗਾ ਆ ਕੈਲੀਫੋਰਨੀਆ ਨਿਊਯਾਰਕ ਤੇ ਦਰਜਨ ਹੋਰ ਜਿਹੜੀਆਂ ਯੂ ਐਸ ਦੀਆਂ ਜਿਹੜੀਆਂ ਸਟੇਟਸ ਆ ਉਹਨਾਂ ਨੇ ਮੈਟਾ ਪਲੈਟਫਾਰਮਸ ਦੇ ਉਲਟ ਇਲਾਸੂਟ ਦਰਜ ਕੀਤਾ ਹੈ ਇਹ ਫੈਡਰਲ ਕੋਰਟ ਕੈਲੀਫੋਰਨੀਆ ਦਾ ਆ ਜਿੱਥੇ ਇਹਨਾਂ ਨੇ ਇਸ ਦੇ ਉਲਟ ਲਾਸੂਟ ਦਰਜ ਕੀਤਾ ਆ ਮੈਟਾ ਦੇ ਉੱਤੇ ਦੋਸ਼ ਲੱਗ ਰਿਹਾ ਵੀ ਉਹਨਾਂ ਦੇ ਕੋਲ ਜਿਹੜੀ ਪਾਵਰਫੁੱਲ ਆ ਪਲੈਟਫਾਰਮ ਹੈਗਾ ਯਾ ਜਿਹੜੀਆਂ ਟੈਕਨੋਲੋਜੀਜ਼ ਆ ਉਹ ਸਿਰਫ ਤੇ ਸਿਰਫ ਐਂਟਾਈਸ ਕਰਨ ਦੇ ਲਈ ਐਂਗੇਜ ਕਰਨ ਦੇ ਲਈ ਤੇ ਬੇਸਿਕਲੀ ਜਿਹੜੇ ਯੂਥ ਆ ਤੇ ਨਾਲ ਦੇ ਨਾਲ ਜਿਹੜੇ ਟੀਨੇਜਰਸ ਆ ਉਹਨਾਂ ਨੂੰ ਇਹ ਪਰਮਾ ਰਹੇ ਹੈਗੇ ਆ ਮੋਟਿਵ ਕਿੰਨਾ ਇਹਨਾਂ ਦਾ ਸਿਰਫ ਤੇ ਸਿਰਫ ਪ੍ਰੋਫਿਟ ਤੇ ਮੈਕਸਮਾਈਜ਼ ਫਾਈਨੈਂਸ਼ੀਅਲ ਗੇਨਸ ਵੀ ਕਿੰਨਾ ਜਿਹੜਾ ਮੁਨਾਫਾ ਖੋਰੀ ਇਸ ਦੇ ਵਿੱਚੋਂ ਹੋ ਸਕੇ ਮੈਟਾ ਨੇ ਕਹਿੰਦੇ ਵੀ ਪਬਲਿਕ ਅਰੀ ਜਨਤਕ ਤੌਰ ਦੇ ਉੱਤੇ ਬਹੁਤ ਵਰੀ ਪਬਲਿਕ ਨੂੰ ਧੋਖੇ ਦੇ ਵਿੱਚ ਰੱਖਿਆ ਹੈਗਾ ਯਾ ਅ ਇਸ ਤੋਂ ਇਲਾਵਾ 33 ਜਿਹੜੇ ਸੂਬੇ ਤੇ 9 ਜਿਹੜੇ ਹੋਰ ਰਿਟਰਨੀ ਜਰਨਲਸ ਆ ਉਹ ਆਪਣੇ ਪੱਧਰ ਦੇ ਉੱਤੇ ਰਿਸਪੈਕਟਿਵ ਸਟੇਟਸ ਦੇ ਵਿੱਚ ਇਹ ਲਾਸਟ ਸੂਟ ਵੀ ਜਿਹੜਾ ਉਹ ਦਰਜ ਕਰਨ ਜਾ ਰਹੇ ਆ ਸੋ ਕੁੱਲ ਜਿਹੜੇ ਲਾਸਟ ਸੂਟਸ ਆ ਮਿਲਾ ਕੇ ਐਕਸ਼ਨ ਜਿਹੜੀਆਂ ਜਿਹੜੇ ਸੂਬੇ ਅਜੇ ਹ ਐਕਸ਼ਨ ਲੈ ਰਹੇ ਆ ਉਹ ਵੱਧ ਕੇ ਹੁਣ 42 ਜਿਹੜਾ ਉਹ ਹੋ ਚੁੱਕਾ ਹੈਗਾ ਆ ਸਟੇਟਮੈਂਟ ਤੇ ਜਾਰੀ ਕੀਤੀ ਆ ਮੈਟਾ ਵਾਲਿਆਂ ਨੇ ਕਹਿੰਦੇ ਵੀ ਅਸੀਂ ਇਹਨਾਂ ਦੀਆਂ ਭਾਵਨਾਵਾਂ ਨੂੰ ਸ਼ੇਅਰ ਕਰਦੇ ਆ ਅ ਕਮਿਟਮੈਂਟ ਜਿਹੜੀ ਸਾਡੀ ਹੈਗੀ ਆ ਵੀ ਟੀਨੇਜਰਸ ਸੁਰੱਖਿਅਤ ਰਹਿਣ ਤੇ ਪੋਜ਼ਿਟਿਵ ਐਕਸਪੀਰੀਅੰਸ ਉਹਨਾਂ ਦਾ ਆਨਲਾਈਨ ਹੋਵੇ ਤੇ ਕਹਿੰਦੇ ਵੀ ਅਸੀਂ 30 ਤੋਂ ਵੱਧ ਜਿਹੇ ਟੂਲਸ ਐਡ ਕੀਤੇ ਆ ਜਿਹੜੇ ਟੀਨੇਜਰਸ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਮਦਦ ਜਿਹੜੇ ਆ ਉਹ ਕਰ ਸਕਦੇ ਆ ਉਹਨਾਂ ਨੇ ਕਿਹਾ ਵੀ ਅਸੀਂ ਡਿਸਪਾਇੰਟਡ ਆ ਵੀ ਸਾਡੇ ਨਾਲ ਮਿਲ ਕੇ ਕੰਮ ਕਰਨ ਦੀ ਥਾਂ ਤੇ ਉਹਨਾਂ ਨੇ ਇਹ ਰਾਹ ਜਿਹੜਾ ਆ ਉਹ ਅਪਣਾਇਆ ਹੈਗਾ ਆ ਤੇ ਪਰ ਹਰਜੋਤ ਸਿੰਘ ਜੀ ਇਸ ਬੇਕਾਬੂ ਹੋਏ ਸੋਸ਼ਲ ਮੀਡੀਆ ਦੇ ਦੈਂਤ ਦੇ ਉੱਤੇ ਕਾਬੂ ਪਾਉਣਾ ਬਹੁਤ ਜ਼ਰੂਰੀ ਆ ਆਲਰੇਡੀ ਇਸ ਨੇ ਬਹੁਤ ਸਾਰੇ ਜਿਹੜੇ ਪਰਿਵਾਰ ਆ ਉਹਨਾਂ ਨੂੰ ਤੋੜਿਆ ਆ ਨਿਆਣਿਆਂ ਦੇ ਉੱਤੇ ਬਹੁਤ ਭੈੜਾ ਅਸਰ ਲਗਾਤਾਰ ਇਸ ਤਰ੍ਹਾਂ ਚੱਲਦਾ ਆ ਰਿਹਾ ਆ ਸੋ ਇਹ ਹੁਣ ਨਵੇਂ ਲਾ ਸੂਟ ਮੈਟਾ ਦੇ ਉੱਤੇ ਤਰਜ ਹੋਏ ਕੈਲੀਫੋਰਨੀਆ ਨੇ ਕਰੂਜ਼ ਆਟੋਨਮਸ ਡਰਾਈਵਰਲੈਸ ਵਹੀਕਲ ਫਾਰਮਰਸ ਨੂੰ ਸਸਪੈਂਡ ਕਰ ਦਿੱਤਾ ਹੈਗਾ ਇਹ ਡਿਸੀਜਨ ਕਈ ਮਹੀਨਿਆਂ ਬਾਅਦ ਆਇਆ ਜਦੋਂ ਵੱਖ-ਵੱਖ ਜਿਹੜੀਆਂ ਇਨਸੀਡੈਂਟਸਆਂ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀਗੀ ਕੈਲੀਫੋਰਨੀਆ ਡਿਪਾਰਟਮੈਂਟ ਆਫ ਮੋਟਰ ਵਹੀਕਲ ਨੇ ਰਿਟਾਇਰਮੈਂਟ ਕੀਤਾ ਕਿ ਰੋਬੋ ਟੈਕਸੀ ਜੋ ਆ ਇਹ ਅਨਰੀਜ਼ਨੇਬਲ ਰਿਸਕ ਤੇ ਪਬਲਿਕ ਸੇਫਟੀ ਦੇ ਲਈ ਮੇਜਰ ਸੈਟਬੈਕ ਹੈਗਾ ਕੰਪਨੀ ਦੇ ਲਈ ਸੋ ਕਈ ਜਿਹੜੀਆਂ ਇਨਸੀਡੈਂਟਸ ਇਹਦੇ ਸਬੰਧ ਦੇ ਵਿੱਚ ਹੋਈਆਂ ਹੈਗੀਆਂ ਕੋਸ਼ਿ ਮਹੀਨੇ ਪਹਿਲਾਂ ਇੱਕ ਸੈਨ ਫਰਾਂਸਿਸਕੋ ਦੇ ਵਿੱਚ ਰੋਬੋ ਟੈਕਸੀ ਨੇ ਜੋ ਜੇ ਵਾਕਿੰਗ ਕਰ ਰਿਆ ਸੀ ਪੈਡੇਸਟਰੀਅਨ ਉਸ ਨੂੰ ਖਿੱਚ ਲਿਆ ਕਹਿੰਦੇ ਵੀ 20 ਫੁੱਟ ਤੱਕ ਡ੍ਰੈਗ ਕਰਕੇ ਉਸ ਬੀਬੀ ਨੂੰ ਇਹ ਕਾਰ ਲੈ ਜਾਂਦੀ ਰਹੀ ਹੈਗੀ ਆ ਸੋ ਕਾਫੀ ਜਿਹੜਾ ਵਿਰੋਧ ਹੋ ਰਿਹਾ ਸੀਗਾ ਅਗਸਤ ਮਹੀਨੇ ਚ 24/7 ਪੇਡ ਰੋਬੋ ਟੈਕਸੀ ਸਰਵਿਸ ਸੈਨ ਫਰਾਂਸਿਸਕੋ ਸ਼ੁਰੂ ਹੋ ਗਈ ਸੀ ਪਰ ਹੁਣ ਉਸ ਨੂੰ ਜਿਹੜਾ ਬੰਦ ਕਰ ਦਿੱਤਾ ਗਿਆ ਹੈ ਕਰੂਜ਼ ਦੇ ਸੀਈਓ ਕਾਇਲ ਬੋਗਟ ਨੇ ਕਿਹਾ ਹੈ ਕਿ ਡਰਾਈਵਰਲੈਸ ਕਾਰ ਦਾ ਜਿਹੜਾ ਕ੍ਰਿਟਿਸਿਜ਼ਮ ਆ ਇਹ ਇੱਕ ਤਰ੍ਹਾਂ ਨਾਲ ਓਵਰ ਬਲੂਨ ਹੈਗਾ ਆ ਇੰਨੀਆਂ ਜਿਆਦਾ ਜਿਹੜੀਆਂ ਇਨਸੀਡੈਂਟਸ ਨਹੀਂ ਹੁੰਦੀਆਂ ਪਰ ਡੀਐਮਬੀ ਦੇ ਕੋਲ ਕਾਫੀ ਜਿਹੜੇ ਇਨਸੀਡੈਂਟਸ ਆਈਆਂ ਉਹਨਾਂ ਨੂੰ ਦੇਖਦੇ ਹੋਏ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਹੈਗਾ ਹੂੰ ਜੀ ਬਿਲਕੁਲ ਰੀਸੈਂਟ ਜਿਹੜਾ ਸੈਨ ਫਰਾਂਸਿਸਕੋ 'ਚ ਇਹੀ ਹੋਇਆ ਸੀ ਪਹਿਲਾਂ ਇੱਕ ਜਿਹੜੀ ਪ੍ਰੋਟੈਸਟੈਂਟ ਸੀ ਉਸ ਨੂੰ ਇੱਕ ਆਮ ਰੈਗੂਲਰ ਗੱਡੀ ਨੇ ਟੱਕਰ ਮਾਰੀ ਉਹ ਦੇਖ ਕੇ ਇਸ ਕਰੂਜ਼ ਜਿਹੜੀ ਆਟੋਨਮਸ ਆਪਣੇ ਆਪ ਚੱਲਣ ਵਾਲੀ ਗੱਡੀ ਉਸ ਤੇ ਮੋੜੇ ਆ ਗਈ ਤੇ ਹੱਕੜੀ ਇਸਕੇ ਜਿਹੜੀ ਉਸ ਨੂੰ ਅੱਗੇ ਲੈ ਗਈ ਆ ਸੋ ਉਹ ਵਿਚਾਰੀ ਨੂੰ ਜਾਦੀਆਂ ਜਿਹੜੀਆਂ ਸੱਟਾਂ ਆ ਇਸ ਤੇ ਵਿੱਚ ਲੱਗ ਚੁੱਕੀਆਂ ਆ ਸੋ ਜਿੱਥੇ ਇੱਕ ਪਾਸੇ ਇਹ ਜ਼ਰੂਰ ਗੱਲ ਆ ਵੀ ਆਟੋਨਮਸ ਜਿਹੜੀਆਂ ਗੱਡੀਆਂ ਆ ਉਹ ਮਾਰਕੀਟ ਦੇ ਵਿੱਚ ਆ ਰਹੀਆਂ ਆ ਦੂਜੇ ਪਾਸੇ ਉਹ ਪੂਰੀ ਤਰ੍ਹਾਂ ਕਾਰਗਰਾ ਕੇ ਨਹੀਂ ਉਸ ਦੇ ਉੱਤੇ ਜਿਹੜੇ ਪ੍ਰਸ਼ਨ ਚਿੰਨਾਂ ਉਹ ਲਗਾਤਾਰ ਚੱਲਦੇ ਆ ਰਹੇ ਹੈਗੇ ਆ ਤੇ 크ਰੂਜ਼ ਵਾਲੇ ਕਹਿ ਰਹੇ ਆ ਵੀ ਅਸੀਂ ਡੀਐਮਵੀ ਦੀ ਇਸ ਇਨਵੈਸਟੀਗੇਸ਼ਨ ਦੇ ਵਿੱਚ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਆ ਤੇ ਅਸੀਂ ਪੂਰੀ ਮਦਦ ਜਿਹੜੀ ਐ ਇਸ ਵਿੱਚ ਕਰ ਰਹੇ ਹੈਗੇ ਆ